ਸੋ ਹੇ ਗਾਇਸ, ਜਿਵੇਂ ਕਿ ਵਾਇਰਲੈਸ ਮਾਈਕ ਦੀ ਬਹੁਤ ਡਿਮਾਂਡ ਆ ਰਹੀ ਸੀਗੀ ਸਾਡੇ ਕੋਲ, ਸੋ ਅਸੀਂ ਇੱਕ ਮਾਈਕ ਮੰਗਾਇਆ ਜੋ ਕਿ ਕੰਪੈਰੇਟਿਵਲੀ ਮਾਰਕੀਟ ਦੇ ਵਾਇਰਲੈਸ ਮਾਈਕ ਦੇ ਪ੍ਰਾਈਜ਼ ਦੇ ਬਹੁਤ ਹੀ ਕਹਿ ਲਓ ਐਵਰੇਜ ਪ੍ਰਾਈਜ਼ ਤੇ, ਬਹੁਤ ਹੀ ਬਜਟ ਫਰੈਂਡਲੀ ਪੋਕਟ ਫਰੈਂਡਲੀ ਪ੍ਰਾਈਜ਼ ਤੇ ਮਾਈਕ ਆਇਆ K8। ਇੱਕ ਵਾਇਰਲੈਸ ਮਾਈਕ ਹੈ, ਚਾਈਨੀਜ਼ ਵਾਇਰਲੈਸ ਮਾਈਕ ਹੈ ਜਿਹਦੀ ਕਿ ਅਸੀਂ ਹੁਣ ਅਨਬੋਕਸਿੰਗ ਕਰਨ ਜਾ ਰਹੇ ਹਾਂ, ਐਂਡ ਮੈਂ ਫਿਰ ਆਪਣਾ ਯੂਜ਼ ਕਰਕੇ ਵਿਦ ਇਨ 2 ਡੇਜ਼ ਇਹਦਾ ਤੁਹਾਨੂੰ ਰਿਵਿਊ ਦੇਵਾਂਗਾ ਕਿ ਕਿੱਦਾਂ ਦਾ ਰਿਵਿਊ ਇਹਦਾ ਮੈਨੂੰ ਆਪਣੀ ਯੂਸੇਜ ਦੇ ਵਿੱਚ ਆਇਆ। ਸੋ ਚਲੋ ਇਹਨੂੰ ਅਨਬੋਕਸ ਕਰਦੇ ਹਾਂ ਅਸੀਂ। ਪੈਕਿੰਗ ਤਾਂ ਮੈਨੂੰ ਪੈਕਿੰਗ ਵਾਈਜ਼ ਕਾਫੀ ਅੱਛਾ ਲੱਗਿਆ ਕਿਉਂਕਿ ਕਾਫੀ ਪ੍ਰੀਮੀਅਮ ਪੈਕਿੰਗ ਹੈ ਐਂਡ ਆਲ ਸੀਲਡ ਪੈਕ ਹੀ ਆਉਂਦਾ ਪਿੱਛੋਂ। ਚਲੋ ਅਸੀਂ ਇਹਨੂੰ ਅਨਬੋਕਸ ਕਰਕੇ ਦੇਖਦੇ ਹਾਂ ਇੱਕ ਵਾਰ ਕਿ ਕਿਆ ਕਿਆ ਸਾਨੂੰ ਓਰਨਾਮੈਂਟਸ ਐਂਡ ਕਿਆ ਕਿਆ ਡਿਵਾਈਸਿਸ ਸਾਨੂੰ ਕੰਪਨੀ ਵਾਲੇ ਪਿੱਛੋਂ ਪ੍ਰੋਵਾਈਡ ਕਰ ਰਹੇ ਹਾਂ। ਸੋ ਇਹ ਇਸ ਟਾਈਪ ਦੀ ਪੈਕਿੰਗ ਹੈ, ਟ੍ਰੇ ਟਾਈਪ ਪੈਕਿੰਗ ਹੈ ਥੋੜ੍ਹੀ, ਜਿਹਨੂੰ ਕਿ ਅਸੀਂ ਖੋਲ੍ਹ ਕੇ ਪੈਕਿੰਗ ਸਾਈਡ 'ਤੇ ਰੱਖਦੇ ਹਾਂ ਐਂਡ ਮੇਨ ਇਸੈਂਸ਼ੀਅਲਸ 'ਤੇ ਆਉਂਦੇ ਹਾਂ। ਮੇਨ ਇਸੈਂਸ਼ੀਅਲਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਮਿਲਦਾ ਹੈ ਆਪਣਾ ਮਾਈਕ ਜੋ ਕਿ ਟੋਟਲੀ ਵਿਦਆਊਟ ਵਾਇਰ ਹੈ। ਐਂਡ ਸਭ ਤੋਂ ਅੱਛਾ ਪੁਆਇੰਟ ਜੋ ਮੈਨੂੰ ਨੋਟਿਸ ਰੀਸੈਂਟਲੀ ਹੋਇਆ ਕਿ ਇਹ ਸੀ ਪੋਰਟ ਚਾਰਜਿੰਗ ਪੋਰਟ ਹੈ, ਸੀ ਵਾਲਾ ਚਾਰਜਿੰਗ ਪੋਰਟ ਹੈ। ਇਹ ਤੁਹਾਡਾ ਵਾਇਰਲੈਸ ਮਾਈਕ ਹੈ ਜੋ ਤੁਹਾਡੀ ਕਾਲਰ ਤੇ ਹੈਡ ਤੇ ਲੱਗੇਗਾ, ਐਂਡ ਜੇ ਤੁਹਾਨੂੰ ਵਿਜੀਬਿਲਿਟੀ ਹੈ ਕਿ ਇਹ ਤੁਹਾਡੇ ਪਾਵਰ ਬਟਨ ਹੈ ਇਹ ਵਾਲਾ, ਠੀਕ ਹੈ, ਇਹ ਪਾਵਰ ਬਟਨ ਹੈ, ਇੱਥੋਂ ਤੁਹਾਡਾ ਔਨ ਹੋ ਜਾਏਗਾ। ਆਫਟਰ ਦੈਟ ਇਹ ਸੈਕਿੰਡ ਤੁਹਾਨੂੰ ਰਿਸੀਵਰ ਮਿਲ ਰਿਹਾ ਇੱਕ, ਇਹ ਮੇ ਬੀ ਸੀ ਪੋਰਟ ਦਾ ਹੀ ਹੈ, ਸੀ ਪੋਰਟ ਦਾ ਰਿਸੀਵਰ ਹੈ। ਇਹ ਤੁਹਾਡੇ ਸੀ ਪੋਰਟ ਵਾਲੇ ਫੋਨ 'ਚ ਲੱਗੇਗਾ, ਨਾਲ ਇਹ ਤਾਂ ਬਲੈਂਕ ਬਾਕਸ ਹੈ। ਆਫਟਰ ਦੈਟ ਓਕੇ, ਵੈਰੀ ਗੁੱਡ, ਇੱਕ ਬਹੁਤ ਅੱਛੀ ਚੀਜ਼। ਨਾਲ ਆਈਫੋਨ ਦੇ ਲਈ ਕਨੈਕਟਰ ਵੀ ਹੈ ਜੋ ਕਿ ਵਾਇਆ ਸੀ ਹੈ, ਐਂਡ ਮੈਨੂੰ ਜਿੱਥੇ ਤੱਕ ਲੱਗ ਰਿਹਾ ਹੈ ਕਿ ਬਿਲਕੁਲ ਮਾਈਕ ਐਂਡ ਹੈੱਡਫੋਨਸ ਦੋਨੋਂ ਵਰਕਿੰਗ ਹੋਣਗੇ, ਬਟ ਮੈਨੂੰ ਜਿੱਥੇ ਤੱਕ ਲੱਗ ਰਿਹਾ ਨਹੀਂ। ਮੈਨੂੰ ਲੱਗਿਆ ਸੀ ਕਿ ਸ਼ਾਇਦ V8 ਪੋਰਟ ਵੀ ਇਹ ਅਵੇਲ ਹੋਏਗਾ, ਸ਼ਾਇਦ ਇਹ ਕੈਪ ਆਫ ਹੋ ਜਾਏ, ਬਟ ਨਹੀਂ, ਕੈਪ ਆਫ ਨਹੀਂ ਹੋ ਰਿਹਾ। ਸੋ ਇਹ ਸੀ ਪੋਰਟ 'ਤੇ ਆਈਫੋਨ ਯੂਜ਼ਰਸ ਹੈ, ਬੇਸਿਕਲੀ ਕਾਫੀ ਅੱਛੀ ਚੀਜ਼ ਹੈ ਕਿ ਲੇਟੈਸਟ ਅਸੀਂ ਸੀ ਪੋਰਟ 'ਤੇ ਹੀ ਕੰਮ ਕਰਦੇ ਹਾਂ ਸਾਰੇ ਫੋਨਸ। ਸੋ V8 ਵਾਲਿਆਂ ਨੂੰ ਇੱਕ ਕਨੈਕਟਰ ਲੈਣਾ ਪਏਗਾ ਇਹਨੇ ਇਹਨੂੰ ਯੂਜ਼ ਕਰਨ ਲਈ, ਕਿ C to V8 ਵਾਲਾ, ਇੱਕ ਕਾਫੀ ਡਿਫਰੈਂਟ ਕਨੈਕਟਰ ਇਹ ਹੋ ਜਾਏਗਾ। ਬੇਸਿਕਲੀ ਆਈਫੋਨ ਲਈ ਮੈਂ ਕਾਫੀ ਪ੍ਰੀਮੀਅਮ ਸਮਝਦਾ ਕਿਉਂਕਿ ਜਿਹੜਾ ਇਹ ਕਨੈਕਟਰ ਹੈ ਆਈਫੋਨ ਯੂਜ਼ਰ ਲਈ, ਨਾਲ ਹੀ ਕੰਪਨੀ ਬਹੁਤ ਅੱਛੀ ਚੀਜ਼ ਦੇ ਰਹੀ ਹੈ, ਵਰਦਾਨ ਹੀ ਦੇ ਰਹੀ ਹੈ, ਕਿਉਂਕਿ ਇਹ ਅਲੱਗ ਤੋਂ ਕਨੈਕਟਰ ਕਾਫੀ ਕਾਫੀ ਕੋਸਟਲੀ ਹੈ। ਸੋ ਅਸੀਂ ਅੱਗੇ ਚੱਲਦੇ ਹਾਂ ਕਿ ਕਿਆ ਇਹਦੇ ਨਾਲ ਕੁਝ ਹੋਰ ਵੀ ਸਾਨੂੰ ਮਿਲਦਾ ਹੈ। ਫੋਮ ਹੈ, ਇਹ ਯੂਜ਼ਰ ਮੈਨੂਅਲ ਹੈ, ਲੇਟਰ ਅਸੀਂ ਪੜ੍ਹਾਂਗੇ ਇਹਦੇ ਬਾਰੇ। ਆਫਟਰ ਦੈਟ ਇੱਕ ਇਹ ਬਾਕਸ ਦਿੱਤਾ ਹੋਇਆ ਜਿਹਦੇ ਵਿੱਚ ਮੈਨੂੰ ਥੋੜ੍ਹੀ ਲੀਡ ਦੀ ਆਵਾਜ਼ ਆਈ ਹੈ ਕਿ ਸ਼ਾਇਦ ਚਾਰਜਿੰਗ ਲੀਡ ਹੋਏਗੀ ਮੇ ਬੀ। ਬਿਲਕੁਲ ਆਈ ਵਾਜ਼ ਕਰੈਕਟ ਕਿ ਸੀ ਪੋਰਟ ਦੀ ਚਾਰਜਿੰਗ ਲੀਡ ਵੀ ਸਾਨੂੰ ਮਿਲੀ ਹੈ। ਸੋ ਇਹੀ ਸੀ ਬਾਕਸ 'ਚ। ਚਲੋ ਆਉਂਦੇ ਹਾਂ ਮੇਨ ਚੀਜ਼ 'ਤੇ, ਇਹ ਇੱਥੋਂ ਪਾਵਰ ਔਨ ਹੈ, ਬਿਲਕੁਲ ਥੋੜ੍ਹੀ ਤੁਹਾਡੇ ਸਾਹਮਣੇ ਰੈੱਡ ਐਂਡ ਗ੍ਰੀਨ ਲਾਈਟ ਬਲਿੰਕ ਹੋਈ ਹੈ। ਆਫਟਰ ਦੈਟ ਮੈਨੂੰ ਨਹੀਂ ਲੱਗਦਾ ਕਿ ਇਸ ਵਾਲੇ ਰਿਸੀਵਰ ਨੂੰ ਵੀ ਸਾਨੂੰ ਕਿਤੇ ਕਨੈਕਟ ਕਰਨ ਦੀ ਨੀਡ ਹੈ। ਬਾਕੀ ਇੱਕ ਕਨੈਕਟਰ ਵਿਦ ਆਈਫੋਨ ਦਾ ਕਨੈਕਟਰ ਐਂਡ ਚਾਰਜਿੰਗ ਕੇਬਲ। ਯੂਜ਼ ਐਂਡ ਰਿਵਿਊ ਮੈਂ ਤੁਹਾਨੂੰ ਬਹੁਤ ਹੀ ਜਲਦੀ ਵਿਦ ਇਨ 2 ਡੇਜ਼ ਪੋਸਟ ਕਰਕੇ ਦੱਸਾਂਗਾ। ਸੋ ਇਹ ਸੀ ਸਾਡਾ ਮਾਈਕ K8 ਚਾਈਨੀਜ਼ ਵਾਇਰਲੈਸ ਮਾਈਕ ਜਿਹਦਾ ਕਿ ਅਸੀਂ ਰਿਵਿਊ ਬਹੁਤ ਛੇਤੀ ਕਰਾਂਗੇ। ਇਹ ਅਨਬੋਕਸਿੰਗ ਸੀ, ਸੋ ਇਹ ਸੀ। ਥੈਂਕ ਯੂ ਗਾਈਜ਼, ਥੈਂਕ ਯੂ ਸੋ ਮਚ, ਇੱਦਾਂ ਹੀ ਕਨੈਕਟ ਰਹੋ ਸਾਡੇ ਲਈ ਇੱਦਾਂ ਦੀਆਂ ਹੋਰ ਵੀਡੀਓਜ਼ ਲਈ। ਥੈਂਕ ਯੂ ਗਾਈਜ਼।